ਆਪਣਾ ਕੀਬੋਰਡ ਲੈ ਕੇ ਜਾਈਏ ਕਿ ਨਾ ਜਾਈਏ, ਇਸ ਬਾਰੇ ਬੱਚੇ ਬੜੇ ਕਮੈਂਟ ਕਰ ਰਹੇ ਆ ਵੀ ਕੀਬੋਰਡ ਗਵਰਨਮੈਂਟ ਨੇ ਕਹਤਾ ਵੀ ਉਦਾਂ ਲਿਆ ਸਕਦੇ ਹਾਂ ਵੀ ਲਿਜਾਈਏ ਕਿ ਨਾ ਲਿਆਈਏ। ਇਹ ਰਿਸਪੋਂਸੀਬਿਲਟੀ ਤੁਹਾਡੀ ਹੈਗੀ ਆ, ਜੇ ਤੁਹਾਨੂੰ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਆ ਵੀ ਲਿਆ ਸਕਦੇ ਹੋ, ਪਰ ਉਹ ਰਿਸਪੋਂਸੀਬਿਲਟੀ ਤੁਹਾਡੇ ਸਿਰਦੀ ਕੱਲ੍ਹ ਨੂੰ ਪੇਪਰ ਦੇ ਚੱਲਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਕੁੱਕੀ ਬੰਦ ਹੁੰਦੀ ਜਾਂ ਟਾਈਪ ਨਹੀਂ ਹੁੰਦਾ, ਕਿਉਂਕਿ ਉਹ ਇੱਕ ਸੌਫਟਵੇਅਰ ਹੈਗਾ ਜਿਹੜਾ ਉਹਨਾਂ ਨੇ ਆਪਦੇ ਕੀਬੋਰਡ ਦੇ ਅਕੋਰਡਿੰਗ ਹੀ ਕੰਪੈਟੇਬਲ ਕੀਤਾ ਹੋਊਗਾ। ਜੇ ਤੁਸੀਂ ਆਪਦਾ ਕੀਬੋਰਡ ਯੂਜ਼ ਕਰਦੇ ਤੁਹਾਨੂੰ ਚੈੱਕ ਕਰਨ ਦਾ ਟਾਈਮ ਮਿਲੇਗਾ, ਪਰ ਜੇ ਉਹਨੂੰ ਪ੍ਰੋਬਲਮ ਆਉਂਦੀ ਆ ਤਾਂ ਰਿਸਪੋਂਸੀਬਿਲਟੀ ਤੁਹਾਡੀ ਹੋਏਗੀ ਪੇਪਰ ਚੱਲਦੇ ਵਿੱਚ। ਜੇ ਉਹਨਾਂ ਦੇ ਕੀਬੋਰਡ 'ਤੇ ਪ੍ਰੋਬਲਮ ਆਉਂਦੀ ਆ ਤਾਂ ਤੁਹਾਨੂੰ ਐਕਸਟਰਾ ਟਾਈਮ ਮਿਲਦਾ ਆ, ਪਰ ਜੇ ਤੁਹਾਡੇ ਕੀਬੋਰਡ 'ਤੇ ਪ੍ਰੋਬਲਮ ਆਈ ਆ ਤਾਂ ਤੁਹਾਨੂੰ ਕੋਈ ਮੌਕਾ ਨਹੀਂ ਮਿਲਣਾ, ਉਹ ਤੁਹਾਡਾ ਟਾਈਮ ਹੀ ਵੇਸਟ ਹੋਣਾ ਆ। ਇਸ ਕਰਕੇ ਸੋਚ ਸਮਝ ਕੇ ਹੀ ਕੀਬੋਰਡ ਨਾਲ ਲੈ ਕੇ ਜਾਣਾ ਆ। ਉਹਨਾਂ ਦੇ ਗਵਰਨਮੈਂਟ ਦੇ ਕੀਬੋਰਡ ਹੀ ਵਧੀਆ ਹੁੰਦੇ ਆ, ਚੰਗੀਆਂ ਵੱਡੀਆਂ ਕੰਮਾਂ ਵੱਡੇ ਕਾਲਜ ਹੋਣੇ, ਵੱਡੀ ਲੈਬਸ ਹੋਣਗੀਆਂ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੁੰਦੀ। ਪਰ ਜਿਹਨਾਂ ਕੋਲ ਕੀਬੋਰਡ ਆਪਦੇ ਨਹੀਂ ਹੈਗੇ ਜਾਂ ਇੱਕ ਕੀਬੋਰਡ 'ਤੇ ਪ੍ਰੈਕਟਿਸ ਨਹੀਂ ਕੀਤੀ ਹੋਈ ਜਾਂ ਇੱਕ ਦੀ ਆਦਤ ਪਈ ਹੋਈ, ਫਿਰ ਤਾਂ ਲਿਆਉਣਾ ਹੀ ਪੈਣਾ ਤੁਹਾਨੂੰ ਵੀ ਤੁਹਾਨੂੰ ਕੋਈ ਹੋਰ ਮਿਲ ਸਕਦਾ। ਪਰ ਜੇ ਤੁਸੀਂ ਅਲੱਗ ਅਲੱਗ ਕੀਬੋਰਡ 'ਤੇ ਪ੍ਰੈਕਟਿਸ ਕੀਤੀ ਹੋਈ ਤਾਂ ਤੁਸੀਂ ਉਹਨਾਂ ਵਾਲੇ ਕੀਬੋਰਡ ਯੂਜ਼ ਕਰਨ ਜ਼ਿਆਦਾ ਬੈਟਰ ਰਹੂਗਾ। ਠੀਕ ਹੈ, ਥੈਂਕ ਯੂ।